ਹੈਲੋ ਸਟੂਡੈਂਟਸ ਵੈਲਕਮ ਟੂ आवर YouTube ਚੈਨਲ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕਲਾਸ 8th ਦਾ ਮੈਥਮੈਟਿਕਸ ਦਾ ਬੇਸਲਾਈਨ ਪੇਪਰ ਦੇਖਾਂਗੇ 18 ਮਈ ਦਾ ਜੋ ਕਿ ਫੁੱਲ ਸੌਲਡ ਹੈ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕੱਲ 19 20 ਦੇ ਪੇਪਰ ਅਜੇ ਪਏ ਨੇ ਉਸ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ 6 ਵਜੇ ਤੁਹਾਨੂੰ ਮਿਲ ਜਾਊਗੀ ਅੱਜ ਮੈਂ ਦੋ ਕਲਾਸਿਸ ਦੇ ਪੇਪਰ ਪਾਉਣੇ 'ਚ ਥੋੜਾ ਲੇਟ ਹੋ ਗਈ ਪਰ ਮੈਂ ਸਵੇਰੇ ਉੱਠ ਕੇ ਜਲਦੀ ਪਾ ਦਿੰਨੀ ਹੰਨੀ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਚਲੋ ਆਪਾਂ ਪੇਪਰ ਨੂੰ ਸਟਾਰ ਕੁਐਸਚਨ ਹੈਗਾ ਹੈ ਵਟ ਇਜ਼ ਪਰਸੈਂਟੇਜ ਆਫ ਕਲਰਡ ਏਰੀਆ ਗਿਵਨ ਇਨ ਇਮੇਜ ਤਾਂ ਇੱਥੇ ਹੈਗਾ 60% ਨੈਕਸਟ ਹੈਗਾ ਹੈ ਵਿਚ ਟਾਈਪਸ ਆਫ ਐਂਗਲ ਇਜ਼ ਸਪਲੀਮੈਂਟਰੀ ਐਂਗਲ ਐਂਗਲ ਏ ਓ ਬੀ ਇਨ ਗਿਵਨ ਫਿਗਰ ਤਾਂ ਇਸ ਦਾ ਆਨਸਰ ਹੈਗਾ ਅਧਿਕ ਕੋਣ ਜੇਕਰ ਹੋਰ ਕਿਸੇ ਚੈਪਟਰ ਮਤਲਬ ਕਲਾਸਿਸ ਦੇ ਚਾਹੀਦੇ ਨੇ ਤੁਹਾਨੂੰ ਸੋਲੂਸ਼ਨ ਕਮੈਂਟ ਦੇ ਵਿੱਚ ਨਾ ਪਿੰਨ ਕੀਤਾ ਹੋਇਆ ਮੈਸੇਜ ਉੱਥੋਂ ਕਿਸੇ ਹੋਰ ਕਲਾਸ 6 7th 8th 9th ਦੇ ਲੈ ਲਓ ਤੁਸੀਂ ਨੈਕਸਟ ਥਰਡ ਹੈਗਾ ਹੈ 2x 1 ਵਿੱਚ ਕੀ ਜੋੜਿਆ ਜਾਵੇ ਤਾਂ ਜੋੜਫਲ 1 ਪ੍ਰਾਪਤ ਹੁੰਦਾ ਹੈ ਤਾਂ ਕੀ ਜੋੜਿਆ ਜਾਵੇ -1 ਨੈਕਸਟ ਖਾਲੀ ਥਾਂਵਾਂ ਭਰੋ ਤਾਂ ਇੱਥੇ ਖਾਲੀ ਥਾਂਵਾਂ ਦੇ ਵਿੱਚ ਕੀ ਆਊਗਾ 1/3 ਤਾਂ ਜੇਕਰ ਇਹਨਾਂ ਮੇਰੇ ਕੀਤੇ ਹੋਇਆਂ ਵਿੱਚ ਕੋਈ ਮਿਸਟੇਕ ਹੋਵੇ ਤਾਂ ਪਲੀਜ਼ ਕਮੈਂਟ ਕਰ ਦਿਆ ਕਰੋ ਕਿ ਸਹੀ ਆਪਸ਼ਨ ਕਿਹੜੀ ਹੈ ਹੋਰ ਕੁਝ ਨਾ ਲਿਖਿਆ ਕਰੋ ਬਸ ਲਿਖ ਦਿਆ ਕਰੋ ਕਿ ਮੈਮ ਇਹ ਵਾਲੀ ਸੀਗੀ ਤਾਂ ਇਹ ਤਾਂ غلط ਹੋਈ ਹੋਈ ਹੈ ਤਾਂ ਕੁਝ ਨਹੀਂ ਹੁੰਦਾ ਤਾਂ ਬਾਕੀ ਬੱਚਿਆਂ ਨੂੰ ਤੁਸੀਂ ਦੱਸ ਦਿਆ ਕਰੋ ਕਿ ਕੋਈ ਵੀ ਇਹ ਵਾਲਾ ਨਾ ਕਰਿਓ ਸਬ ਇਹ ਵਾਲਾ ਆਪਸ਼ਨ ਕਰ ਲਓ ਇਹ ਰਾਈਟ ਆਨਸਰ ਹੈ ਠੀਕ ਹੈ ਮੈਂ ਇੰਨੇ ਕਲਾਸਿਸ ਦੇ ਪੇਪਰ ਪਾਣੇ ਹੁੰਦੇ ਨੇ ਤਾਂ ਥੋੜੀ ਮਿਸਟੇਕ ਹੋ ਜਾਂਦੀ ਹੈ ਕਿਉਂਕਿ 1 21 ਦਿਨਾਂ 'ਚ ਮੈਨੂੰ 4 ਕਲਾਸਿਸ ਦੇ ਪੇਪਰ ਸੋਲਵ ਕਰਕੇ ਜਲਦੀ ਪਾਣੇ ਹੁੰਦੇ ਨੇ ਤਾਂ ਹੋ ਜਾਂਦੀ ਹੈ ਕੋਈ ਨਹੀਂ ਉਹਦੇ ਲਈ ਮੈਨੂੰ ਮaaf ਕਰ ਦਿਓ ਸੌਰੀ ਠੀਕ ਹੈ ਅ ਨੈਕਸਟ ਫਿਫਥ ਆਈ ਕਮ ਫਰੋਮ ਆ ਫੈਮਿਲੀ ਕੁਆਡਰੀਲੇਟਰਸ ਆਲ ਮਾਈ ਸਾਈਡਸ ਐਂਡ ਐਂਗਲਸ ਆਰ ਇਕੁਅਲ ਆਈ ਐਮ ਨੋਨ ਐਸ ਇਹਦਾ ਫਿਫਥ ਦਾ ਅਨਸਰ ਆਏਗਾ ਹੈ ਵਰਗ ਕਿ ਇਕੁਅਲਸ ਹੁੰਦੀ ਹੈ ਨਾ ਜੇਕਰ ਕਿਸੇ ਵਿਦਿਆਰਥੀ ਨੇ ਗਣਿਤ ਵਿਸ਼ੇ ਦੇ ਪੇਪਰ ਵਿੱਚ 80 ਵਿੱਚੋਂ 32 ਅੰਕ ਪ੍ਰਾਪਤ ਕੀਤੇ ਤਾਂ ਉਸ ਦਾ ਕਿੰਨਾ ਪਰਸੈਂਟੇਜ ਹੈ ਪਰਸੈਂਟੇਜ ਤੁਹਾਨੂੰ ਪਤਾ ਹੈ ਜਿੰਨੇ ਅੰਕ ਉੱਪਰ ਲਿੱਤੇ ਨੇ ਆ ਪਾਉਂ ਟੋਟਲ ਕਰਕੇ ਕਰ ਦੋ ਤਾਂ ਇੱਥੇ ਆਇਆ ਇਸ ਦਾ ਅਨਸਰ 40% ਨੈਕਸਟ 7th ਹੈਗਾ 1 ਨੂੰ ਸੰਖਿਆ 2/3 ਦੇ ਉਲਟਕਰਮ ਨਾਲ ਭਾਗ ਕਰਨ ਤੇ ਕੀ ਪ੍ਰਾਪਤ ਹੋਵੇਗਾ ਤਾਂ ਕੁਐਸਚਨ 7th ਦਾ ਅਨਸਰ ਹੈਗਾ 3/2 ਨੈਕਸਟ 8 ਹੈਗਾ ਇਹ ਵਰਗਾ ਨੂੰ ਗਿਣ ਕੇ ਦਿੱਤੀ ਆਕਿਰਤਿਕ ਦਾ ਅੰਦਾਜ਼ਨ ਖੇਤਰਫਲ ਪਤਾ ਕਰੋ ਤਾਂ ਇਸ ਦਾ ਜਿਹੜਾ ਆਨਸਰ ਹੈਗਾ ਹੈ 8th ਦਾ 4.5 ਨੈਕਸਟ 5th 9th ਕੁਐਸਚਨ ਹੈਗਾ ਹੈ 56 ਵਿੱਚੋਂ ਸੰਖਿਆ ਲੱਭੋ ਜੋ 3 ਨੇ 4 ਨਾਲ ਭਾਗ ਜਾਉਂ ਹੁੰਦਾ ਹੈ ਤਾਂ 9th ਦਾ ਆਨਸਰ ਹੈਗਾ 600 624 ਨੈਕਸਟ 10th ਕੁਐਸਚਨ ਹੈਗਾ ਸਹੀ ਚੁਣੋ ਸਹੀ ਚੁਣਨਾ ਇਹਨਾਂ ਦੇ ਵਿੱਚੋਂ ਤਾਂ ਕਿਹੜੀ ਸਹੀ ਹੈ ਜਿਹਦਾ ਨਿਸ਼ਾਨ ਇੱਧਰ ਆ ਉਹ ਵਾਲੀ ਸਹੀ ਆਪਸ਼ਨ ਹੈ ठीक ने, e, है नेक्स्ट आकृति ABCDEF ਦਾ ਖੇਤਰਫਲ ਪਤਾ ਕਰੋ ਤਾਂ 11th ਦਾ ਸਹੀ ਆਨਸਰ ਹੈ 12th ਸੈਂਟੀਮੀਟਰ नेक्स्ट ਆਪਨਾ 3 ਮੀਟਰ ਲੰਬਾਈ 2 ਮੀਟਰ ਚੌੜਾਈ ਦੇ ਇੱਕਾਇਤ ਤੇ ਟੇਬਲ ਲਈ ਕਵਰ ਖਰੀਦਣਾ ਚਾਹੁੰਦੀ ਹੈ ਸਾਬਨਾ ਨੂੰ ਕਿੰਨੇ ਵਰਗ ਮੀਟਰ ਕਵਰ ਦੀ ਲੋੜ ਹੈ ਤਾਂ ਇਸ ਦਾ 12th ਦਾ ਰਾਈਟ ਆਨਸਰ ਹੈਗਾ 6 ਵਰਗ ਮੀਟਰ ਨੈਕਸਟ ਕਰਨ ਹੈ ਇੱਕ ਬੈਗ 150 ਰੁਪਏ ਵਿੱਚ ਖਰੀਦ ਕੇ 12% ਲਾਭ ਤੇ ਵੇਚ ਦਿੱਤਾ ਵੇਚ ਮੁੱਲ ਦੱਸੋ ਤਾਂ 13 ਦਾ ਰਾਈਟ ਆਨਸਰ ਹੈਗਾ 180 ਰੁਪੀਸ ਨੈਕਸਟ ਹੇਠ ਦਿੱਤੇ ਗਏ ਚਿੱਤਰ ਵਿੱਚ ਕਿਹੜਾ ਕਥਨ ਸਹੀ ਹੈ 14 ਦਾ ਰਾਈਟ ਆਨਸਰ ਆਏਗਾ a b c d ਇਕੁਅਲ ਹੈਗੀ ਹੈ c d e ਦੇ ਤੁਹਾਨੂੰ ਇੱਥੇ ਸਾਹਮਣੇ ਦਿਖਾਈ ਦੇ ਰਿਹਾ ਹੋਊਗਾ ਇੱਧਰ a b c d ਇਹਦੇ ਵਿੱਚ ਕੋਈ ਲੱਭ ਜੁਇ। ਠੀਕ ਹੈ ਨੈਕਸਟ ਇਹ ਕਾਇਦਾ ਪ੍ਰਮਾਪ 32 ਸੈਂਟੀਮੀਟਰ ਹੈ ਜੇਕਰ ਉਸਦੀ ਚੜਾਈ ਇਸ ਦੇ ਦੋ ਵਧ ਹੈ ਤਾਂ ਇਸ ਆਇਤਾ ਖੇਤਰਫਲ ਪਤਾ ਕਰੋ ਤਾਂ ਇਸ ਦਾ ਰਾਈਟ ਆਨਸਰ ਹੈਗਾ 34 ਤਾਂ ਇਹ ਤੁਹਾਡਾ ਪੇਪਰ ਸੀਗਾ ਵੀਡੀਓ ਤੇ ਨਵੇਂ ਹੋ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਥੈਂਕ ਯੂ